ਅਸਲਾਮ ਅਲੈਕਮ ਜੀ ਜੀ ਉਮੀਦ ਹੈ ਕਿ ਸਭ ਬਈ ਠੀਕ ਹੋਣਗੇ ਔਰ ਅੱਜ ਦੀ ਵੀਡੀਓ ਸ਼ੁਰੂ ਕਰਨੇ ਆ ਪੇਜ ਨੰਬਰ ਹੈ ਜੀ 861 861 ਅੱਛਾ ਜੀ ਇੱਥੇ ਗੱਲ ਕਰਨ ਲੱਗੇ ਆ ਰਿਸਪੌਂਸਿਬਿਲਿਟੀ ਪੈਨਾਲੇ ਦੀ ਕੁਨੇਸਾ ਦੀ ਤੱਤ ਲੈ ਕੇ ਅਲ ਸਨਿਸਟਰੋ estradale ਰੋਡ ਐਕਸੀਡੈਂਟ ਮਤਲਬ ਜੇੜੀ ਰੋਡ ਐਕਸੀਡੈਂਟ ਦੇ ਨਾਲ ਕੁਨੇਸਾ ਹੋਈ ਇਹ ਤੱਲ ਕਹਿ ਲੋ ਸੰਬੰਧ ਜੁੜੇ ਆ ਕਹਿ ਲੋ ਠੀਕ ਹੈ ਇਹ ਦੱਸਿਆ ਸੀ ਪੈਨਾਲੇ ਕਦੋਂ ਲੱਗਦੀ ਏ ਜਦੋਂ ਐਕਸੀਡੈਂਟ ਦੇ ਵਿੱਚ ਕਿਸੇ ਬੰਦੇ ਨੂੰ ਝੋਟ ਲੱਗ ਜਾਵੇ ਉਦੋਂ ਪਿਨਾਲੇ ਲੱਗਦੀ ਹੈ ਠੀਕ ਹੈ ਪਿਨਾਲੇ ਕਿਹਦੇ ਤੇ ਲੱਗਦੀ ਹੈ ਸਿਰਫ ਔਰ ਸਿਰਫ ਡਰਾਈਵਰ ਤੇ ਲੱਗਦੀ ਹੈ ਠੀਕ ਹੈ ਜੀ ਔਰ ਪਿਨਾਲੇ ਜਿਹੜੀ ਇਹ ਪੈਸੇ ਭਰਨ ਨਾਲ ਖਤਮ ਨਹੀਂ ਹੁੰਦੀ ਮਤਲਬ ਜਿਹੜਾ ਅਸਾਂ ਉਸ ਬੰਦੇ ਦਾ ਨੁਕਸਾਨ ਕੀਤਾ ਹੈ ਉਹਦੇ ਤੇ ਅਸਾਂ ਪੈਸੇ ਭਰ ਨਹੀਂ ਭਰਨੇ ਨੇ ਠੀਕ ਹੈ ਤੇ ਜਿਹੜੀ ਉਹ ਬੰਦੇ ਨੂੰ ਝੋਟ ਲੱਗੀ ਏ ਉਹਦੇ ਵਿੱਚ ਬੰਦੇ ਨੂੰ ਜਿੱਤੀ ਗਲਤੀ ਸੀ ਜਾਂ ਡਰਾਈਵਰ ਸੀ ਉਹਨੂੰ ਸਜ਼ਾ ਵੀ ਹੋ ਸਕਦੀ ਹੈ ਠੀਕ ਹੈ ਪੁਬਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਠੀਕ ਹੈ ਜੀ ਲਾ ਰਿਸਪੌਂਸਾਬਿਲਿਤਾ ਪੈਨਾਲੇ ਕਹਿੰਦਾ ਜਿਹੜੀ ਪੈਨਲ ਪੈਨਾਲੇ ਵੇ ਕੋਨੇਸਾ ਐਦੱਤ ਲੈ ਕੇ ਸੰਬੰਧ ਦੇ ਅਲਸ ਨੀਸਟਰੋਸਟਰਾਡਾਲੇ ਰੋਡ ਐਕਸੀਡੈਂਟ ਦੇ ਨਾਲ ਸੋਰਜੇ ਕੁਆਲੋਰਾ ਤੇ ਕਹਿੰਦਾ ਇਹ ਸੋਰਜੇ ਮਤਲਬ ਇਹ ਉਦੋਂ ਲੱਗੇਗੀ ਐਸੋ ਪ੍ਰੋਵੋਕੀ ਲੈਸਿਓਨੀ ਜਦੋਂ ਪ੍ਰੋਵੋਕੀ ਲੈਸਿਓਨੀ ਦੇਦੋ ਝੋਟ ਲੱਗ ਜਾਂਦੀ ਏ ਗ੍ਰਾਵੀ ਸੀਰੀਅਸ ਜ਼ਿਆਦਾ ਆਪਰ ਸੋਨੇ ਬੰਦਿਆਂ ਨੂੰ ਵੇਰੋ ਜੀ ਅਗਰ ਬੰਦਿਆਂ ਨੂੰ ਜ਼ਿਆਦਾ ਝੋਟ ਲੱਗ ਗਈਏ ਤੇ ਉਦੋਂ ਜਿਹੜੀ ਪੈਨਾਲ ਲਵੇ ਸੋਰਜੀਓਬੇ ਦੀ ਮਤਲਬ ਲੱਗੇਗੀ ਫੇਰ ਉਹ ਅੱਛਾ ਜੀ ਇਥੇ ਲਫ਼ਜ਼ ਆਇਆ ਹੈ ਗ੍ਰਾਵੀ ਗ੍ਰਾਵੀ ਜਿਹੜਾ ਸੈਂਪਰੇ ਵੇਰੋ ਤੇ ਦੋ ਫਾਲਸੋਨੇ ਠੀਕ ਹੈ ਫਾਲਸੋ ਕੀ ਦੇ ਨਾਲ ਨੇ ਅਬਲਿਆਂਤ ਦੇ ਨਾਲ ਅਬਲਿਆਂਤ ਦੇ ਨਾਲ ਇਹ ਫਲਸ ਹੁੰਦਾ ਲਾ ਰਿਸਪੋਨਸਿਬਿਲਟੀ ਪੈਨਾਲੇ ਕਹਿੰਦਾ ਜਿਹੜੀ ਪੈਨਾਲੇ ਵੇ ਕੋਨੇਸਾ ਇਹਦਾ ਤੱਲੇ ਕੇ ਅਲ ਸਨੀਸਤਰੋ ਸਤਰਾਦਾਲੇ ਰੋਡ ਐਕਸੀਡੈਂਟ ਦੇ ਨਾਲ ਸੋਰਜੇ ਤੇ ਕਹਿੰਦਾ ਇਹ ਲੱਗੇ ਦੀ ਅੰਕ ਇਨਕਾਜ਼ੋ ਕਹਿੰਦਾ ਉਹ ਸੂਰਤ ਜਿ ਵੀ ਲੱਗੇਗੀ ਦੀ ਉਮੀਚੀ ਦਿਓ ਜਦੋਂ ਤੁਸੀਂ ਮਾਰ ਦਿੰਦੇ ਹੋ ਕਿਲ ਕਰ ਦਿੰਦੇ ਹੋ ਕੁਲਪੋਜ਼ੋ ਮੁਜਰਮਾਨਾ ਤਰੀਕੇ ਨਾਲ ਕਿਸੇ ਨੂੰ ਕਿਲ ਕਰ ਦਿੰਦੇ ਹੋ ਤੇ ਉਦੋਂ ਵੀ ਕਹਿੰਦਾ ਇਹ ਲੱਗੇਗੀ ਮੇਰੋ ਮਤਲਬ ਵੀ ਜਦੋਂ ਗਲਤੀ ਤੁਹਾਡੀ ਹੈ ਅਗਲੇ ਬੰਦੇ ਦੀ ਡੈਥ ਹੋ ਗਈ ਹੈ ਅੱਲਾ ਨਾ ਕਰੇ ਉਦੋਂ ਕਹਿੰਦਾ ਉਦੋਂ ਵੀ ਇਹ ਲੱਗੇਗੀ ਮੇਰੋ ਤੀਸਰਾ ਲਾਰਿਸਪੌਨਸਾਬਿਲਤਾ ਪੈਨਾਲੇ ਜਿਹੜੀ ਪੈਨਾਲੇ ਵੇ ਕੋਨੇਸਾ ਇਦੱਲੇ ਕੇ ਅਲਸਨੀਸਟਰੋਸਟਰਾਡਲੇ ਰੋਡ ਐਕਸੀਡੈਂਟ ਦੇ ਨਾਲ ਸੋਰਜੇ ਅਲੋਰਕੇ ਕਹਿੰਦਾ ਇਹ ਲੱਗੇਗੀ ਵੇਂਗਨੋ ਵਿਓਲਾਤੇ ਜਦੋਂ ਖਲਾਵਰਦੀ ਹੋਵੇ ਨੋਰਮੇ ਕੋਂਟੈਂਪਲਾਟ ਜਿਹੜੇ ਕਾਨੂੰਨ ਰੱਖੇ ਗਏ ਨੇ ਦਲ ਕੋਦੀਚੇ ਦਲ ਅਸਤਰਾਦ ਕੋਦੀਚੇ ਪੈਨਾਲੇ ਦੇ ਕਹਿੰਦਾ ਉਦੋਂ ਜਦੋਂ ਇਹਨਾਂ ਦੀ ਖਿਲਾਫ ਵਰਜ਼ੀ ਹੋਵੇ ਉਦੋਂ ਵੀ ਇਹ ਲੱਗੇਗੀ 베ਰੋ ਵਿਓਲੇਟੇ ਖਿਲਾਫ ਵਰਜ਼ੀ ਨੋਰਮੇ ਕਾਨੂੰਨ ਦੀ ਲੇਜੇ ਦੀ ਕੋਂਟੈਂਪਲਾਟ ਜਿਹੜੇ ਰੱਖੇ ਗਏ ਨੇ ਦਲ ਕੋਦੀਚੇ ਪੈਨਾਲੇ ਪੈਨਾਲੇ ਵਾਲੇ 베ਰੋ ਅੱਛਾ ਜੀ ਥਲਫਦਾਇਆ ਵੈਂਗਾਨੋ ਸੈਂਪਰੇ 베ਰੋ ਇੱਕ ਫਾਲਸੋ ਹੁੰਦਾ ਹੈ 750 ਨਾਲ ਲਾ ਰਿਸਪੌਂਸਾਬਿਲਤਾ ਪੈਨਾਲੇ ਕੋਨੇਸਾ ਐ ਦੱਤਲੈਕੇ ਅਲ ਸਨੀਸਟਰੋਸ ਤਰਾਡਾਲੇ ਰੋਡੈਕਸਿਨਾ ਦੇ ਨਾਲ ਸੋਰਜੇ ਇਨ ਓਨੀ ਕਾਜ਼ੋ ਕਹਿੰਦੇ ਹਰ ਹਾਲਤ ਵਿੱਚ ਲੱਗੇਗੀ ਸੋਰਜੀ ਹੋਵੇਗੀ ਇਨ ਕੋਈ ਸੀ ਵਿਓਲਾ ਤੋ ਜਦੋਂ ਖਲਾਵਰਜ਼ੀ ਹੋਈਏ ਇਲ ਕੋਦਿਚੇ ਤੇ ਲਾ ਸੜਕ ਦੇ ਕਾਨੂੰਨ ਦੀ ਫਾਲਸ ਹੋਏ ਨਹੀਂ ਵੀ ਹੁਣ ਸੜਕ ਦੇ ਤੁਸੀਂ ਕੋਈ ਵੀ ਖਿਲਾਫਰਜ਼ੀ ਕੀਤੀ ਇਹਦੇ ਪੈਨਾਲੇ ਲੱਗ ਜਾਏਗੀ ਜਦੋਂ ਤੁਸੀਂ ਕੋਦਿਚੇ ਪੈਨਾਲੇ ਦੀ ਖਿਲਾਫਰਜ਼ੀ ਕਰੋ ਉਦੋਂ ਹੀ ਲੱਗੇਗੀ ਠੀਕ ਹੈ ਜੀ ਫਾਲਸੋ ਔਨਿਕਾ ਜੋ ਆ ਗਿਆ ਪਿੱਛੇ ਵੀ ਕਾਫੀ ਦਫਾ ਆਇਆ ਹੈ ਸੈਂਪਰੇ ਫਾਲਸੋ ਤੇ ਦੋ ਵੇਰੋ ਨੇ ਪਾਣੀ ਮਾ ਲਾ ਰਿਸਪੌਂਸਾਬਿਲਿਤਾ ਪੈਨਾਲੇ ਕੋਨੇਸਾ ਇਹਦਾ ਤੱਲੇ ਕੇ ਅਲ ਸਨੀਸਟਰੋ ਸਟਰਾਡਾਲੇ ਰੋਡ ਐਕਸੀਡੈਂਟ ਦੇ ਨਾਲ ਸੋਰਜੇ ਕਹਿੰਦੇ ਲੱਗੇਗੀ ਕੁਆਂਦੋ ਇਲ ਵਹੀਕਲੋ ਜਦੋਂ ਗੱਡੀ ਵਾਦਾ ਕੰਪਲੀਟਮੈਂਟੇ ਡਿਸਟਰੂਟੋ ਕਹਿੰਦਾ ਜਦੋਂ ਗੱਡੀ ਕੰਪਲੀਟਮੈਂਟੇ ਪੂਰੀ ਡਿਸਟਰੂਟ ਹੋ ਜਾਏ ਤਬਾਹ ਹੋ ਜਾਏ ਉਦੋਂ ਇਹ ਪਿਨਾਲੇ ਲੱਗੇਗੀ ਫਾਲਸ ਹੋ ਜੀ ਗੱਡੀ ਦੇ ਤਬਾਹ ਹੋਣ ਨਾਲੇ ਪਿਨਾਲੇ ਨਹੀਂ ਲੱਗਦੀ ਠੀਕ ਹੈ ਵਾਦਾ ਕੰਪਲੀਟਮੈਂਟੇ ਪੂਰੀ ਪੂਰੀ ਤਰ੍ਹਾਂ ਡਿਸਟਰੂਟੋ ਤਬਾਹ ਹੋ ਜਾਵੇ ਇਲ ਵਹੀਕਲ ਦੀ ਗੱਡੀ ਫਾਲਸ ਹੋ ਜੀ ਸੋਰ ਜੇ ਲੱਗਣਾ ਗੱਡੀ ਦੇ ਗੱਡੀ ਭੱਜ ਜਾਵੇ ਟੁੱਟ ਜਾਵੇ ਪਿਨਾਲੇ ਨਹੀਂ ਲੱਗਦੀ ਚੀਵੀ ਲਈ ਲੱਗੇਗੀ ਪਿਨਾਲੇ ਉਦੋਂ ਲੱਗਦੀ ਹੈ ਜਦੋਂ ਬੰਦੇ ਨੂੰ ਸੀਰੀਅਸ ਝੋਟ ਲੱਗ ਜਾਵੇ 6 ਲਾਰਿਸਪੌਂਸਿਬਿਲਿਤਾ ਪਿਨਾਲੇ ਕੋਨੇਸਾ ਇਹਦਾ ਤੱਲ ਹੈ ਕਿ ਅਲ ਸਿਨਿਸਟਰੋਸਟਰਾ ਡਾਲੇ ਰੋਡ ਐਕਸੀਡੈਂਟ ਦੇ ਨਾਲ ਸੋਰ ਜੇ ਤੇ ਲੱਗੇਗੀ ਇਨ ਤੂਤੀ ਇਕਾਸੀ ਕਹਿੰਦਾ ਸਾਰੀਆਂ ਸੂਰਤਾਂ ਵਿੱਚ ਲੱਗੇਗੀ ਪਿਨਾਲੇ ਜਿਹੜੀ ਹੈ ਦੀ ਦਾਨੀ ਅਲੇ ਪਰਸੋਨੇ ਜਦੋਂ ਬੰਦਿਆਂ ਨੂੰ ਨੁਕਸਾਨ ਹੋਵੇ ਉਹ ਵਾਲੇ ਕੋਜ਼ੇ ਜਾਂ ਚੀਜ਼ਾਂ ਨੂੰ ਵੇ ਚੀਜ਼ਾਂ ਤੋਂ ਮਤਲਬ ਵੀ ਗੱਡੀ ਕਹਿ ਲੋ ਜਾਂ ਸੜਕ ਉੱਤੇ ਕੋਈ ਚੀਜ਼ਾਂ ਨੇ ਪੋਲ ਖੰਭਾ ਵਗੈਰਾ ਨਿਸ਼ਾਨ ਵਗੈਰਾ ਉਹਨਾਂ ਨੂੰ ਕਹਿੰਦਾ ਅਗਰ ਨੁਕਸਾਨ ਹੋਇਆ ਤਾਂ ਫਿਰ ਵੀ ਇਹ ਲੱਗੇਗੀ ਫਲ ਤੋਂ ਪਹਿਲਾਂ ਵੀ ਦੱਸਿਆ ਸੀ ਕਿ ਕੋਜ਼ੇ ਚੀਜ਼ਾਂ ਨੂੰ ਨੁਕਸਾਨ ਦੇ ਨਾਲੇ ਪਿਨਾਲੇ ਨਹੀਂ ਲੱਗਦੀ ਐਸੀ ਚੀਜ਼ ਵੱਲ ਧਿਆਨ ਕਰ ਲੈਣਾ ਪਿਨਾਲੇ ਸਿਰਫ ਲੱਗਦੀ ਹੈ ਬੰਦਿਆਂ ਨੂੰ ਜਦੋਂ ਨੁਕਸਾਨ ਹੋਵੇ ਤੇ ਇਹ ਕਹਿੰਦਾ ਸਾਰੀਆਂ ਸੂਰਤਾਂ 'ਚ ਲੱਗੇ ਦੀ ਚਾਹੇ ਨੁਕਸਾਨ ਬੰਦਿਆਂ ਨੂੰ ਹੋਇਆ ਹੈ ਜਾਂ ਚੀਜ਼ਾਂ ਨੂੰ ਹੋਇਆ ਹੈ ਫਾਲਸੋ ਲਾ ਰਿਸਪੌਂਸਰਿਲਤਾ ਪੇਨਾਲੇ ਕੋਨੇਸਾ ਇਦਾ ਤੱਲੇ ਕਿ ਅਲ ਸਨਿਸਟਰੋਸ ਤਰਾਡਲੇ ਰੋਡ ਐਕਸੀਡੈਂਟ ਦੇ ਨਾਲ ਸੋਰਜੀਤ ਕਹਿੰਦਾ ਇਹ ਲੱਗੇਗੀ ਪੇਨਾਲ ਲੱਗੇਗੀ ਨਈ ਕੋਂਫਰੋਂਟੀ ਦੈਲ ਪ੍ਰੋਪ੍ਰੀਟਾਰੀ ਦਲ ਵੇਈਕੋਲੋ ਤੇ ਕਹਿੰਦਾ ਇਹਦਾ ਕੋਂਫਰੋਂਟੀ ਇਦਾ ਸਾਹਮਣਾ ਕਰਨਾ ਪਵੇਦਾ ਦੈਲ ਪ੍ਰੋਪ੍ਰੀਟਾਰੀ ਦਲ ਵੇਈਕੋਲੋ ਗੱਡੀ ਦੇ ਮਾਲਕ ਨੂੰ ਸੇਲ ਸੇਲ ਕੁੰਡੂਜੈਂਤੇ ਅਗਰ ਡਰਾਈਵਰ ਨੋਂ ਐਸਟਾਤੋ ਇਡੈਂਟੀਫਿਕੇਟੋ ਅਗਰ ਡਰਾਈਵਰ ਇਡੈਂਟੀਫਿਕੇਟੋ ਨਹੀਂ ਹੋਇਆ ਮਤਲਬ ਡਰਾਈਵਰ ਦੀ ਪਹਿਚਾਨ ਨਹੀਂ ਹੋਈ شناخت ਨਹੀਂ ਹੋਈ ਤੇ ਫਿਰ ਕਹਿੰਦੇ ਮਾਲਕ ਤੇ ਲੱਗੇਗੀ ਫਾਲਸ ਹੋ ਜੀ ਇਹ ਡਰਾਈਵਰ ਤੇ ਹੀ ਲੱਗਦੀ ਏ ਇਹ ਚੀਜ਼ ਯਾਦ ਰੱਖਣੀ 862 ਓਤੋ 62 ਫਿਰ ਉਹੀ ਟੌਪਿਕ ਹੈ ਜੀ ਇਹਦਾ ਲਾ ਰਿਸਪੌਂਸਾਬਿਲਿਤਾ ਪੇ ਨਾਲੇ ਕੋਨੈਸਾ ਇਦਾ ਤਲਲੇ ਕੇ ਅਲ ਸਨੀਸਟਰੋ ਸਟਰਾਡਾਲੇ ਰੋਡ ਐਕਸੀਡੈਂਟ ਨਾਲ ਇਹ ਐਸਕਲੂਜ਼ਾ ਤੇ ਕਹਿੰਦਾ ਇਹ ਹੁਣ ਇੱਥੇ ਜਿਹੜੀ ਐਸਕਲੂਜ਼ਾ ਹੋ ਜਾਦੀ ਖਾਰਜ ਹੋ ਜਾਦੀ ਖਤਮ ਹੋ ਜਾਏਗੀ ਪਿਨਾਲ ਜਿਹੜੀ ਏ ਕੁਆਂਦੋ ਵੀ ਸਿਆਨੋ ਦਾਨੀ ਜਦੋਂ ਕਹਿੰਦਾ ਦਾਨੀ ਨੁਕਸਾਨ ਹੋਇਆ ਇਨ ਵੋਲੰਟਾਰੀ ਅਲੇ ਸੋਲੇ ਕੋਜ਼ੇ ਤੇ ਕਹਿੰਦਾ ਇਨ ਵੋਲੰਟਾਰੀ ਹੋਇਆ ਮਤਲਬ ਜਿਹੜਾ ਕਹਿ ਲੋ ਕੁਦਰਤੀ ਹੋ ਗਿਆ ਮਤਲਬ ਜੀ ਸਾਡੀ ਗਲਤੀ ਸ਼ਾਮਲ ਨਹੀਂ ਗਲਤੀ ਨਹੀਂ ਉਹ ਹੋ ਗਿਆ ਅਲੇ ਸੋਲੇ ਕੋਲ ਦੇ ਸਿਰਫ ਚੀਜ਼ਾਂ ਨੂੰ ਨੁਕਸਾਨ ਹੋਇਆ ਹੈ ਫਿਰ ਕਹਿੰਦਾ ਇਹ ਜਿਹੜੀ ਹੈ ਐਕਸਕਲੂਜ਼ ਆ ਹੋ ਜਾਏਗੀ ਪੈਨ ਨਾਲੇ ਮਤਲਬ ਖਤਮ ਹੋ ਜਾਏਗੀ ਵੇਰੋ ਕਿਉਂਕਿ ਇੱਕ ਚੀਜ਼ ਹੈ ਇਸ ਵੇਖੋ ਸੋਲੇ ਕੋਲ ਦੇ ਵੀ ਸਿਰਫ ਚੀਜ਼ਾਂ ਨੂੰ ਨੁਕਸਾਨ ਹੋਇਆ ਹੈ ਚੀਜ਼ਾਂ ਤੋਂ ਮਤਲਬ ਗੱਡੀ ਹੋ ਗਿਆ ਤੇ ਗੱਡੀ ਨੂੰ ਨੁਕਸਾਨ ਹੋਵੇ ਤੇ ਪੈਨ ਨਾਲੇ ਨਹੀਂ ਲੱਗਦੀ ਪੈਨ ਨਾਲੇ ਖਤਮ ਹੋ ਗਈ ਅੱਛਾ ਮੋٹے ਮੋٹے ਲਫ਼ਜ਼ ਇਹਦੇ ਵਿੱਚ ਯਾਦ ਕਰਨੇ ਨੇ ਜ਼ਿਆਦਾ ਬਰੀਕੀ ਵੀ ਨਹੀਂ ਜਾਣਾ ਜਿੰਨਾ ਇਹਦੇ ਵਿੱਚ ਬਰੀਕੀ ਵਿੱਚ ਜਾਓਦੇ ਇਸ ਚੈਪਟਰ ਦੇ ਵਿੱਚ ਉਤਨਾ ਜਿਹੜਾ ਬੰਦਾ ਕਨਫਿਊਜ਼ ਹੁੰਦਾ ਜਾਂਦਾ ਮੋٹے ਮੋٹے ਲਫ਼ਜ਼ ਯਾਦ ਕਰਨੇ ਨੇ ਔਰ ਬਿਲਕੁਲ ਆਸਾਨ ਹੈ ਲਾਰਿਸਪੌਨਸਾਬਿਲਤਾ ਪੈਨਾਲੇ ਜਿਹੜੀ ਪੈਨਾਲੇ ਵੇ ਕੋਨੇਸਾ ਤੱਲੇ ਕੇ ਦਾ ਅਲਸਨੀਸਟਰੋਸਟਰ ਦਾਲੇ ਰੋਡ ਐਕਸੀਡੈਂਟ ਦੇ ਨਾਲ ਐਸਕਲੂਜ਼ਾ ਤੇ ਕਹਿੰਦਾ ਇਹ ਪੈਨਾਲ ਜਿਹੜੀ ਐਸਕਲੂਜ਼ਾ ਹੋ ਜਾਈ ਦੀ ਖਤਮ ਹੋ ਜਾਏਗੀ ਖਾਰਜ ਹੋ ਜਾਏਗੀ ਕਵਾਂਦੋ ਇਲਫਾਤੋ ਜਦੋਂ ਇਲਫਾਤੋ ਮਤਲਬ ਹੈ ਜਿਹੜਾ ਕੀਤਾ ਜੇ ਵੇ ਜਿਹੜਾ ਐਕਸੀਡੈਂਟ ਹੋਇਆ ਹੈ ਨੌਨ ਸੀ ਕਨਸੀਡੇਰਾਤੋਂ ਰਿਆਤੋ ਅਗਰ ਕਹਿੰਦਾ ਇਹ ਜੁਰਮ ਨਹੀਂ ਸਮਝਿਆ ਜਾਂਦਾ ਤੇ ਫਿਰ ਵੀ ਇਹ ਖਤਮ ਹੋ ਜਾਏਗੀ ਵੇਰੋਂ ਅਗਰ ਇਹ ਐਕਸੀਡੈਂਟ ਹੋਇਆ ਹੈ ਅਗਰ ਇਹ ਜੁਰਮ ਤੁਹਾਡਾ ਸਾਬਤ ਨਹੀਂ ਹੁੰਦਾ ਤੁਹਾਡਾ ਕਸੂਰ ਨਹੀਂ ਨਿਕਲਦਾ ਤੇ ਫਿਰ ਵੀ ਪਿਨਾਲੇ ਖਤਮ ਹੋ ਜਾਏਗੀ ਕਨਸੀਡੇਰਾਤੋਂ ਦੇ ਸਮਝਿਆ ਜਾਣਾ ਨੌਨਸੀਆ ਕਨਸੀਡੇਰਾਤੋ ਵਿੱਚ ਨਹੀਂ ਸਮਝਿਆ ਜਾਂਦਾ ਉਣ ਰਿਆਤੋ ਰਿਆਤੋ ਮਤਲਬ ਜੁਰਮ ਭਈ ਘਰੇ ਜੁਰਮ ਨਹੀਂ ਸਮਝਿਆ ਜਾਂਦਾ ਤੇ ਫਿਰ ਕਹਿੰਦਾ ਐਸਕਲੂਜ਼ਾ ਹੋ ਜਾਏਗੀ ਖਤਮ ਹੋ ਜਾਏਗੀ ਪੇਰੋ ਲਾ ਰਿਸਪੌਂਸਾਬਿਲਤਾ ਪੇਨਾਲੇ ਕੋਨੇਸਾ ਤੱਲੇਕੇ ਅਲ ਸਿਨਿਸਟਰੋ ਓਸਟਰਡਾਲੇ ਰੋਡ ਐਕਸੀਡੈਂਟ ਦੇ ਨਾਲ ਇਹ ਐਸਕਲੂਜ਼ਾ ਤੇ ਕਹਿੰਦਾ ਖਤਮ ਹੋ ਜਾਏਗੀ ਪਿਛੇ ਉਹ ਦੱਸਦਾ ਰਿਹਾ ਵੀ ਸੋਰਜੇ ਲੱਗੇਗੀ ਇੱਥੇ ਕਹਿ ਰਿਹਾ ਐਸਕਲੂਜ਼ਾ ਵੀ ਖਤਮ ਹੋ ਜਾਏਗੀ ਕਵਾਂਦੋ ਇਲ ਫਾਟੋ ਜਦੋਂ ਇਹੜਾ ਕੀਤਾ ਜੇ ਡਿਪੈਂਡ ਦੇ ਇਹ ਡਿਪੈਂਡ ਕਰਦਾ ਸੀ ਆ ਕੌਜ਼ਾ ਦੀ ਫੋਰਸਾ ਮਾਜੋਰੇ ਕਹਿੰਦਾ ਫੋਰਸਾ ਮਾਜੋਰੇ ਤੇ ਡਿਪੈਂਡ ਕਰਦਾ ਸੀ ਮਤਲਬ ਜ਼ਬਰਦਸਤੀ ਹੋ ਗਿਆ ਧੱਕੇ ਨਾਲ ਹੋ ਗਿਆ ਕਿਸ ਤਰ੍ਹਾਂ ਐਵੀਂ ਚੀਜ਼ ਹੋ ਸਕਦੀ ਏ ਕਿ ਅਸੀਂ ਆ ਖਲੋਤਿਆਂ ਸਾਡੇ ਅੱਗੇ ਗੱਡੀ ਖਲੋਤੀ ਏ ਜਾਂ ਕਹਿ ਲੋ ਕਿ ਅਸੀਂ ਫੁੱਟਪਾਥ 'ਆ ਖਲੋਤੇ ਆ ਸੌਰੀ ਫੁੱਟਪਾਥ ਕਹਿ ਰਿਹਾ ਹਾਂ ਦੇਤੇ ਮਰਚਾ ਪੇਦੇ ਦੇ ਨਜ਼ਦੀਕ ਜਾਂ ਅੱਗੇ ਜ਼ੈਬਰਾ ਕ੍ਰਾਸਿੰਗ ਏ ਜਿੱਥੇ ਸੜਕ ਸੜਕ ਕ੍ਰਾਸ ਕਰਦੇ ਨੇ ਪੈਦਲ ਉੱਥੇ ਵੀ ਗੱਡੀ ਅੱਗੇ ਖਲੋਤੀ ਏ ਪਿੱਛੇ ਆ ਕੇਸੀ ਖਲੋਤੇ ਆ ਪਿਛੋਂ ਕੋਈ ਤੀਸਰੀ ਗੱਡੀ ਆਈ ਏ ਉਹਨੇ ਟੱਕਰ ਸਾਡੀ ਗੱਡੀ ਨੂੰ ਮਾਰੀ ਏ ਅੱਗੋਂ ਸਾਡੀ ਗੱਡੀ ਜਾ ਕੇ ਉਹਨੂੰ ਲੱਗ ਗਈ ਏ ਐਸ ਤਰ੍ਹਾਂ ਦੀ ਚੀਜ਼ ਵੇ ਜਦੋਂ ਸਾਡਾ ਕਸੂਰ ਨਾ ਨਿਕਲੇ ਜ਼ਬਰਦਸਤੀ ਐਕਸੀਡੈਂਟ ਹੋ ਜਾਏ ਤੇ ਉਦੋਂ ਵੀ ਇਹ ਖਾਰਜ ਹੋ ਸਕਦੀ ਏ ਠੀਕ ਏ ਜੀ ਵੇਰੋ ਚੌਥਾ ਲਾ ਰਿਸਪੌਂਸਾਬਿਲਤਾ ਪੈਨਾਲੇ ਕੋਨੇਸਾ ਐ ਦੱਟ ਲੈ ਕੇ ਅਲ ਸਿਨਿਸਟਰੋ ਸਟਰਾਡਾਲੇ ਰੋਡ ਐਕਸੀਡੈਂਟ ਦੇ ਨਾਲ ਐਸਕਲੂਜ਼ਾ ਤੇ ਕਹਿੰਦਾ ਇਹ ਖਾਰਜ ਹੋ ਜਾਏਗੀ ਪਿਨਲ ਜਿਹੜੀ ਖਤਮ ਹੋ ਜਾਏਗੀ ਕੁਆਂਦੋ ਸੀ ਸੀ ਆ ਪ੍ਰੇਸਟਾਟੋ ਸਕੋਰਸ ਹੋ ਜਦੋਂ ਪ੍ਰੇਸਟਾਟੋ ਸਕੋਰਸ ਕੀਤੀ ਹੈ ਤੁਸਾਂ ਮਤਲਬ ਹੈਲਪ ਕੀਤੀ ਹੈ ਆਲਾ ਵੀਤੀਮਾ ਜਿਹੜਾ ਹਾਦਸੇ ਦਾ ਸ਼ਿਕਾਰ ਹੋਇਆ ਹੈ ਕਹਿੰਦਾ ਉਹਦੀ ਤੁਸਾਂ ਹੈਲਪ ਕੀਤੀ ਹੈ ਤੇ ਉਦੋਂ ਇਹ ਪਿਨਾਲੇ ਖਤਮ ਹੋ ਜਾਏਗੀ ਫਾਲਸ ਹੋ ਜੀ ਹੈਲਪ ਕਰਨੇ ਦੇ ਨਾਲ ਪਿਨਾਲੇ ਖਤਮ ਨਹੀਂ ਹੁੰਦੀ ਪ੍ਰੇਸਟਾਟੋ ਸਕੋਰਸ ਵਿੱਚ ਤੁਸਾਂ ਉਹਦੀ ਹੈਲਪ ਕੀਤੀ ਜਾਂ ਹੈਲਪ ਦਿੱਤੀ ਹੈ ਆਲਾ ਵਿਤਿਮਾ ਵਿਤਿਮਾ ਜਿਹੜਾ ਹਾਦਸੇ ਦਾ ਸ਼ਿਕਾਰ ਹੋਇਆ ਹੈ ਫਾਲਸੋ ਲਾ ਰਿਸਪੋਨਸਿਬਿਲਟਾ ਪੈਨਾਲੇ ਕੋਨੇਸਾ ਇਹਦਾ ਤੱਲੇ ਕੇ ਅਲ ਸਨੀਸਤਰੋ ਸਤਰਾਦਾਲੇ ਰੋਡ ਐਕਸੀਡੈਂਟ ਦੇ ਨਾਲ ਐਸਕਲੂਜ਼ਾ ਤੇ ਕਹਿੰਦਾ ਇਹ ਜਿਹੜੀ ਹੈ ਐਸਕਲੂਜ਼ਾ ਹੋ ਜਾਏਗੀ ਖਤਮ ਹੋ ਜਾਏਗੀ ਖਾਰਜ ਹੋ ਜਾਏਗੀ ਪੈਨਾਲੇ ਜਿਹੜੀ ਹੈ ਓਨੀ ਕੁਆਲ ਬੋਲਤਾ ਹਰ ਦਫਾ ਜੀ ਸੀ ਐਸ ਦਾ ਤੋਂ ਇਲ ਰਿਸਰਚਮੈਂਟ ਤੋਂ ਜਦੋਂ ਅਸਾਂ ਰਿਸਰਚਮੈਂਟ ਤੋਂ ਕਰ ਦਿੱਤਾ ਪੈਸੇ ਭਰ ਦਿੱਤੇ ਨੇ ਦਿਲ ਦਾ ਨੂੰ ਨੁਕਸਾਨ ਦੇ ਕਹਿੰਦਾ ਉਦੋਂ ਇਹ ਖਤਮ ਹੋ ਜਾਏਗੀ ਫਾਲਸੋ ਦੱਸਿਆ ਸੀ ਪਿਨਾਲੇ ਜਿਹੜੀ ਇਹ ਰਿਸਰਚ ਮੇਨ ਤੋਂ ਕਰਨੇ ਨਾਲ ਮਤਲਬ ਪੈਸੇ ਪਰਨੇ ਨਾਲ ਖਤਮ ਨਹੀਂ ਹੁੰਦੀ ਚਿਵੀਲੇ ਖਤਮ ਹੁੰਦੀ ਹੈ ਪਿਨਾਲੇ ਨਹੀਂ ਹੁੰਦੀ ਪੈਸੇ ਪਰਨੇ ਨਾਲ ਔਨੀ ਕੁਅਲ ਬੋਲਤਾ ਮਤਲਬ ਹਰ ਦਫਾ ਔਰ ਇਹ ਸੈਂਪਰੇ ਫਾਲਸੋ ਤੇ ਇੱਕ ਵੇਰੋ ਹੁੰਦਾ ਹੈ ਜ਼ਵੋਲਤਾ ਨਾਲ ਠੀਕ ਹੈ ਜੀ 6ਵਾਂ ਲਾ ਰਿਸਪੌਂਸਾਬਿਲਤਾ ਪੇ ਨਾਲੇ ਕੋਨੇਸਸਾ ਇਹ ਦੱਟ ਲੈ ਕੇ ਅਲ ਸਨੀਸਟਰੋਸ ਤਰਦਾਲੇ ਰੋਡ ਐਕਸੀਡੈਂਟ ਦੇ ਨਾਲ ਇਹ ਐਸਕਲੂਜ਼ਾ ਤੇ ਕਹਿੰਦਾ ਇਹ ਖਤਮ ਹੋ ਜਾਏਗੀ ਹਾਰਜ ਹੋ ਜਾਏਗੀ ਕੋਲੋਰਾ ਇੰਟਰਵੈਂਗਾ ਇੰਪਰੀਸਾ ਦੀ ਅਸੀਕੁਰਾਸੀਓਨੇ ਜਦੋਂ ਇੰਪਰੋ ਇੰਪਰੀਸਾ ਦੀ ਅਸੀਕੁਰਾਸੀਓਨੇ ਵੇਨਿਚੋਰਾਸ ਵਾਲੀ ਕੰਪਨੀ ਇੰਟਰਵੈਂਗਾ ਕਰਦੀ ਇੰਟਰਫੀਅਰ ਕਰ ਲੈਂਦੀ ਏ ਮਦਦਲਤ ਕਰ ਲੈਂਦੀ ਏ ਮਤਲਬ ਉਹ ਇਹਦੇ ਵਿੱਚ ਆ ਜਾਂਦੀ ਏ ਕੇ ਰਿਸਰਚੀਸ ਕਾ ਜਿਹੜੀ ਪੈਸੇ ਭਰ ਦਿੰਦੀ ਏ ਅਦੇਗੁਆਟAMENTE ਚੰਗੇ ਇਹ ਦਨੇ ਜਾ ਤੋ ਜਿਹਦਾ ਨੁਕਸਾਨ ਹੋਇਆ ਉਹਦੇ ਉਦੋਂ ਵੀ ਕਹਿੰਦਾ ਇਹ ਖਤਮ ਹੋ ਜਾਏਗੀ ਫਾਲਸੋ ਇਦਸਿਆ ਸੀ ਪੈਸੇ ਭਰਨੇ ਨਾਲ ਇਹ ਖਤਮ ਨਹੀਂ ਹੁੰਦੀ ਇੰਟਰਵੈਂਗਾ ਦਖਲਅੰਦਾਜ਼ੀ ਕਰਨਾ ਇੰਪਰੇਜ਼ਾ ਅਸੀਕੁਰਾਸਿਓਨੇ ਦੀ ਅਸੀਕੁਰਾਸਿਓਨੇ ਂਚੋਰੋਸ ਵਾਲੀ ਕੰਪਨੀ ਕੇ ਰਿਸਰਚਿਸ ਕਾ ਜਿਹੜੀ ਰਿਸਰਚਿਸ ਕਾ ਕਰ ਦਿੰਦੀ ਹੈ ਮਤਲਬ ਪੈਸੇ ਭਰ ਦਿੰਦੀ ਹੈ ਅਧਿਕ ਵੱਧ ਮੈਂ ਤੇ ਚੰਗੇ ਤਰੀਕੇ ਦੇ ਨਾਲ ਮਤਲਬ ਠੀਕ-ਠਾਕ ਪੈਸੇ ਦੇ ਦਿੰਦੀ ਏ ইলਦ ਨੇ ਜਾਂ ਤੋ ਜਿੰਦਾ ਨੁਕਸਾਨ ਹੋਇਆ ਉਹਨੂੰ ਫਾਲਸ ਹੋ ਜੀ 803 ਉਤ ਤੋਂ 603 803 ਤੇ ਵੀ ਜੀ ਉਸੇ ਤਰ੍ਹਾਂ ਦੀ ਗੱਲ ਏ ਭਾਈ ਰਿਸਪੌਂਸਿਬਿਲਟੀ ਅਚੀਵਲ ਤੇ ਪੈਨਲ ਇਹ ਦੋਨਾਂ ਕੱਟਿਆਂ ਦੀ ਗੱਲ ਕਰੇਗਾ ਕੀ ਇਹ ਪੈਨਲ ਮੈਂ ਤੇ ਅਚੀਵਲ ਮੈਂ ਤੇ ਵਜਿੱਤੇ ਤੇ ਪੈਨਾਲੇ ਵੀ ਲੱਗ ਗਈ ਏ ਔਰ ਚਿਵੀ ਲੈਵਲ ਲੱਗ ਗਈ ਏ ਰਿਸਪੌਂਸਾਬਿਲੀ ਤੇ ਉਸ ਮੈਂ ਦਾ ਆਰੇ ਦੀ ਉਨ ਸਿਨਿਸਟਰੋ estradale road accident ਦਾ ਐ ਸੁਜੇਤੋ ਆਲੇ ਪੇਨੇ ਕਹਿੰਦਾ ਉਹਨੂੰ ਪੇਨੇ ਹੋਵੇਗੀ ਮਤਲਬ ਸਜ਼ਾ ਹੋਵੇਗੀ ਪ੍ਰੇਵਿਸਤੇ ਜਿਹੜੀ ਦਿੱਤੀ ਗਈ ਏ ਦਲ ਕੋ ਦੀ ਚੇ ਪੈਨਾਲੇ ਦੇ ਵਿੱਚ ਵੇਰ ਉਹਦੀ ਜਿਹੜੇ ਕੋ ਦੀ ਚੇ ਪੈਨਾਲੇ ਦੇ ਵਿੱਚ ਸਜ਼ਾ ਜਿਹੜੀ ਆਉਂਦੀ ਏ ਉਹਨੂੰ ਸਜ਼ਾ ਵੀ ਹੋਵੇਗੀ ਵੇਰੋ ਸੁਜੇਤੋ ਉਹਨੇ ਵਿੱਚ ਆਵੇਗਾ ਅਲੇ ਪੈਨੇ ਪੈਨੇ ਸਜ਼ਾ ਕੀਏ ਪੈਨਲ ਮੈਂਟੇ ਐਚਿਵਲਮੈਂਟੇ ਹੁਣ ਸੋਕਾ ਸੋਕਾ ਸਮਝਣਾ ਹੈ ਪੈਨਲ ਮੈਂਟੇ ਮਤਲਬ ਜਿੱਦੇ ਤੇ ਪੈਨਾਲੇ ਲੱਗ ਗਈਏ ਚਿਵਲਮੈਂਟੇ ਔਰ ਜਿੱਦੇ ਤੇ ਚਿਵੀਲੇ ਵੀ ਲੱਗੀਏ ਠੀਕ ਹੈ ਕਹਿੰਦਾ ਕੀਏ ਪੈਨਲ ਮੈਂਟੇ ਔਰ ਐਚਿਵਲਮੈਂਟੇ ਜਿੱਦੇ ਤੇ ਪੈਨਾਲੇ ਵੀ ਲੱਗੀਏ ਚਿਵੀਲੇ ਵੀ ਲੱਗੀਏ ਰਿਸਪੌਂਸਾਬਿਲੇ ਉਹ ਜ਼ਿੰਮੇਦਾਰ ਹੈ ਦੀ ਉਸ ਨਿਸਤ੍ਰੋਸਟ੍ਰਾਡਾਲੇ ਰੋਡ ਐਕਸੀਡੈਂਟ ਦਾ ਇਹ ਤੈਨੂ ਤੋਂ ਕਹਿੰਦਾ ਉਹ ਪਬੰਦ ਹੈ ਅਲ ਰਿਸਰਚੀਮੈਂਟੋ ਪੈਸੇ ਭਰਨੇ ਦਾ ਦੇ ਦਾਨੀ ਨੁਕਸਾਨ ਦੇ ਵੇਲੇ ਜਿਹੜਾ ਨੁਕਸਾਨ ਕੀਤਾ ਸੂ ਉਹਦੇ ਪੈਸੇ ਪਰਨੇ ਦੇ پابੰਦੇ ਤੈਨੂੰ ਤੋਂਵੇ ਕੀ ਇਹ ਪੈਨਲਮੈਂਟੇ ਐਚੀਵਲਮੈਂਟੇ ਕਹਿੰਦੇ ਜੇ ਇਹਦੇ ਪੈਨਾਰੇ ਲੱਗੀ ਐ ਚੀਵਲੇ ਵੀ ਲੱਗੀ ਐ ਰਿਸਪੌਂਸਰ ਬੀ ਲੇਤੇ ਹੋ ਜ਼ਮੇਦਾਰੇ ਦੀ ਉਸ ਨਿਸਤ੍ਰੋਸ ਤਰਾਡਲੇ ਰੋਡ ਐਕਸੀਡੈਂਟ ਦਾ ਕੋਲੋਰਾ ਕਹਿੰਦੇ ਜਦੋਂ ਆਬ ਯਾ ਵਿਓਲਾਟੋ Un violato che la verzia che norme norma la legge del codice della strada sarebbe e anche soggetto alle relative sanzioni. Che relative sanzioni mi matlab? Uno può dire che non è una chi è per e ci ਕਹਿੰਦੇ ਜਿਹਦੇ ਪੈਨਾਰੇ ਲੱਗੀ ਹੈ ਛਿਵੀਲੇ ਵੀ ਲੱਗੀ ਹੈ ਰਿਸਪੌਂਸਾਬਿਲੇ ਉਜ਼ੁਮੇਦਾਰੇ ਦੀ ਉਨ ਸਨਿਸਟਰੋ ਸਟਰਾਡਾਲੇ ਰੋਡ ਐਕਸੀਡੈਂਟ ਦਾ ਪੋ ਇਨ ਕੋਰਰੇ ਕਹਿੰਦਾ ਹੋ ਸਕਦਾ ਹੈ ਨੇਲਾ ਸਸਪੈਂਸਿਓਨੇ ਕਹਿੰਦਾ ਸਸਪੈਂਡ ਹੋ ਸਕਦਾ ਹੈ ਦੈਲਾ ਪਾਟੈਂਟੇ ਦੀ ਗੁਈਡਾ ਉਦਲ ਸੈਂਸੇ ਰੇਰੋਜੀ ਲਾਇਸੈਂਸ ਤੁਹਾਡਾ ਸਸਪੈਂਡ ਵੀ ਹੋ ਸਕਦਾ ਹੈ ਤੁਹਾਡਾ ਲਾਇਸੈਂਸ ਕੈਨਸਲ ਵੀ ਹੋ ਸਕਦਾ ਹੈ ਇਸ ਸੂਰਤ ਵਿੱਚ ਤੁਹਾਡੇ ਤੁਹਾਡੇ ਲਾਇਸੈਂਸ ਦੀ ਰਿਵਿਜ਼ਿਓਨੇ ਵੀ ਕਰਵਾ ਸਕਦੇ ਨੇ ਠੀਕ ਹੈ ਇਹ ਚੀਜ਼ਾਂ ਹੋ ਸਕਦੀਆਂ ਨੇ ਅੱਛਾ ਜੀ ਇਨਕੋਰੇ ਦੇ ਇੱਥੇ ਲਫ਼ਜ਼ ਕਿਹ ਹੈ ਇਨਕੋਰੇ ਦੇ ਵੀ ਹੋਣੇ ਵਿੱਚ ਆਉਂਦਾ ਹੈ ਔਰ ਸੈਂਪਰੇ ਵੇਰੋਏ ਤੇ ਜ਼ੀਰੋ ਫਾਲਸ ਹੋਏ ਠੀਕ ਹੈ ਜੀ ਅੱਛਾ ਜੀ ਮੈਨੂੰ ਯਾਦ ਨਹੀਂ ਰਿਹਾ ਸ਼ੁਰੂ ਵਿੱਚ ਵੀ ਦੱਸਣਾ ਜਾਂ ਕੱਲ ਜਿਹੜੀ ਵੀਡੀਓ ਬਣਾਈਏ ਉਹਦੇ ਵਿੱਚ ਵੀ ਯਾਦ ਨਹੀਂ ਸੀ ਰਿਹਾ ਇੱਕ ਪਿੱਛੇ ਮੈਂ ਨਾ ਵੀਡੀਓ ਬਣਾਈਏ ਟ੍ਰਿਕ ਵਾਲੀ ਉਹਦੇ ਵਿੱਚ ਇਵੈਂਤੁਆਲੀ ਦੇ ਜਿਹੜੇ ਫਾਲਸੋ ਦੱਸੇ ਨੇ ਉਜੇ ਲਿਸਟ ਵਿੱਚ ਜਿਹੜੀ ਲਿਸਟ ਸ਼ੋ ਹੋ ਰਹੀ ਹੈ ਨਾ ਉੱਥੇ ਉਹਦੇ ਵਿੱਚ ਜਿਹੜੇ ਫਾਲਸੋ ਨੇ ਉਹ ਇੱਕ ਲਫ਼ਜ਼ ਕਿਊਜ਼ ਹੈ ਵੀ ਉਹ ਗਲਤ ਹੈ ਠੀਕ ਹੈ ਉਹ ਯਾਦ ਨਹੀਂ ਕਰਨਾ ਤੁਸੀਂ ਅਗਰ ਉਹ ਹੀ ਯਾਦ ਕੀਤੇ ਨੇ ਜਿਹੜੇ ਮੈਂ ਪਹਿਲਾਂ ਦੱਸੇ ਨੇ ਤੋ ਲੇਰੇ ਸ਼ੈਂਦੇਰੇ ਦਵੂਤੀ ਪਗਾਰੇ ਰੈਗੂਲਾਟੋ ਅਗਰ ਉਹ ਯਾਦ ਕੀਤੇ ਨੇ ਤੇ ਉਹ ਠੀਕ ਨੇ ਠੀਕ ਹੈ ਜੀ ਪੰਜਮਾ Ki e penalmente e civilmente. Jide penal leggi o civile vi responsabile usumendar di un sinistro stradale road accident da po incorere re. nella revoca. Kenda revoca ho sakda. Cancel ho sakda da la patente di guidare al sense o vero ji. Agar penal e civile laggi e te ede vich license cancel vi ho sakda. Incorre fere aye Sempre vero è. Falso, è penale, e falso koi ni. Ki e penalmente e civilmente jide penal e civile ਮੇਰੀ ਰਿਸਪੌਂਸਾਬਿਲੀ ਉਜ਼ੁਮੇਦਾਰੇ ਦੀ ਉਸ ਨਿਸਤ੍ਰੋ ਅਸਟਰਾਡਾਲੇ ਰੋ ਅਕਸੀਡੈਂਟ ਦਾ ਪੋਇਂ ਕੋਰੇਰੇ ਕਹਿੰਦਾ ਹੋ ਸਕਦਾ ਹੈ ਨੀਲਾ ਰਿਵਿਜ਼ਿਓਨੇ ਡੇਲਾ ਪਾਟੈਂਤੇ ਦੀ ਗੁਇਦਾ ਕਹਿੰਦਾ ਪਾਟੈਂਤੇ ਦੀ ਗੁਇਦਾ ਦੀ ਰਿਵਿਜ਼ਿਓਨੇ ਹੋ ਸਕਦੀ ਹੈ ਮੇਰੋ ਸਤਵਾਂ ਕੀ ਇਹ ਪੈਨਲਮੈਂਟੇ ਚਿਵਲਮੈਂਟੇ ਜੀਦੇ ਤੇ ਪੈਨਲ ਲੱਗੀ ਹੈ ਚਿਵਿਲੇ ਵੀ ਲੱਗੀ ਹੈ ਰਿਸਪੌਂਸਾਬਿਲੀ ਉਜ਼ੁਮੇਦਾਰੇ ਦੀ ਉਸ ਨਿਸਤ੍ਰੋ ਅਸਟਰਾਡਾਲੇ ਰੋ ਅਕਸੀਡੈਂਟ ਦਾ ਇਸ ਸੇਮ ਪ੍ਰੇਸੋ ਜੇਤੋ ਕਹਿੰਦਾ ਹਮੇਸ਼ਾ ਹੋਵੇਗਾ ਅਲ ਅਰੈਸਟੋ ਪ੍ਰੀਵੈਂਟਿਵੋ ਕਹਿੰਦਾ ਹਮੇਸ਼ਾ ਉਹ ਅਰੈਸਟ ਹੋਵੇ ਦਾ ਫਾਲਸ ਹੋ ਜੀ ਹਮੇਸ਼ਾ ਇਹ ਨਹੀਂ ਕਿ ਪਿਨਾਲ ਜਾਂ ਚਵੀਲੇ ਲੱਗੀ ਤੇ ਸੈਂਪਰੇ ਅਰੈਸਟ ਹੀ ਹੋਣਾ ਸੋ ਪਵੰਦੀਆਂ ਹੋ ਸਕਦੀਆਂ ਨੇ ਕੁਝ ਹੋਰ ਜੁਰਮਾਨੇ ਹੋ ਸਕਦੇ ਨੇ ਇਹ ਚੀਜ਼ਾਂ ਵੀ ਹੋ ਸਕਦੀਆਂ ਨੇ ਕੀ ਇਹ ਪੈਨਲ ਮੈਂ ਤੇ ਚਵੀਲ ਮੈਂ ਤੇ ਜਿਹਦੇ ਪਿਨਾਲੇ ਚ ਵੀ ਲੱਗੀ ਹੈ ਰਿਸਪੋਨਸਿਬਲ ਉਹ ਜ਼ਿੰਮੇਦਾਰ ਹੈ ਦੀ ਉਸਨੀ ਸਤਰੋਸਤਰਾ ਦਾਲੇ ਰੋਡ ਐਕਸੀਡੈਂਟ ਦਾ ਨੋਨ ਪੋ ਕੰਟੀਨਿਊਆਰੇ ਆਗੂਦਾਰੇ ਵਹੀਕਲੀ ਕਹਿੰਦਾ ਗੱਡੀਆਂ ਚਲਾਉਣਾ ਉਹ ਕੰਟੀਨਿਊ ਨਹੀਂ ਕਰ ਸਕਦਾ ਨਹੀਂ ਰੱਖ ਸਕਦਾ ਦਿਲ ਸਟੈਸਾ ਕੈਟੇਗਰੀਆ ਉਸੇ ਹੀ ਕੈਟੇਗਰੀ ਦੀਆਂ ਮਤਲਬ ਜੇ ਇਸ ਕੈਟੇਗਰੀ ਦੀ ਗੱਡੀ ਚਲਾ ਰਿਆ ਸੀ ਉਹਦਾ ਐਕਸੀਡੈਂਟ ਹੋਇਆ ਸੀ ਕਹਿੰਦਾ ਉਸ ਕੈਟੇਗਰੀ ਦੀ ਗੱਡੀ ਨਹੀਂ ਚਲਾ ਸਕਦਾ ਮਾ ਲੇਕਿਨ ਸੋਲੋ ਦੀ ਕੈਟੇਗਰੀ ਇਨ ਫੋਰੀਓ ਸਿਰਫ ਛੋਟੀ ਕੈਟੇਗਰੀਆਂ ਫਿਰ ਕਹਿੰਦਾ ਚਲਾ ਸਕਦਾ ਹੈ ਫਾਲਸ ਹੋ ਜੇ ਨਾਮਾ ਕੀ ਇਹ ਪੈਨਲਮੈਂਟੇ ਸਿਵਲਮੈਂਟੇ ਦੀ ਪੈਨਲੇ ਸਿਵਲ ਲੱਗੀ ਹੈ ਰਿਸਪੌਂਸਾਬਿਲੇ ਉਸੁਮੈਂਦਾਰੇ ਦੀ ਉਸ ਨਿਸਤ੍ਰੋ ਉਸਤਰਾਦਲੇ ਰੋਡ ਐਕਸੀਡੈਂਟ ਦਾ ਇਹ ਇਨ ਔਨੀ ਕਾਜ਼ੋ ਕਹਿੰਦਾ ਹਰ ਹਾਲਤ ਵਿੱਚ ਅਸੋਜਿਟਾਤੋ ਹੋਵੇਗਾ ਅਲਾ ਰਿਵੋਕਾ ਡੇਲਾ ਪਾਟੈਂਟ ਕਹਿੰਦਾ ਹਰ ਹਾਲਤੇ ਲਿਸੈਂਸ ਜਿਹੜਾ ਰਿਵੋਕਾ ਹੋਵੇਗਾ ਕੈਨਸਲ ਹੋਵੇਗਾ ਫਾਲਸੋ ਜੀ ਰਿਵੋਕਾ ਵੀ ਹੋ ਸਕਦਾ ਹੈ ਲੇਕਿਨ ਸਸਪੈਂਡ ਵੀ ਹੋ ਸਕਦਾ ਹੈ ਰਿਵਿਜ਼ਿਓਨੇ ਵੀ ਹੋ ਸਕਦੀ ਹੈ ਇਹ ਕਹਿੰਦਾ ਇਨ ਔਨੀ ਕਾਜ਼ੋ ਵੀ ਹਰ ਹਾਲਤ ਦੇ ਵਿੱਚ ਅਸੇਜੋਟਾਤ assoggettato alla revoca della patente ma taleva a fare la revocava falso ogni caso è sempre falso doverone questo chi è penalmente e civilemente Chi penale o civile è responsabile o somedare di un sinistro stradale o non è assoggettato alle sanzioni che ne è probabilmente la ganglia il germano è il germano del ਕੋਦੀ ਚੇਦ ਲਸਤਰਾ ਦਾ ਜਿਹੜਾ ਸੜਕ ਦਾ ਕਾਨੂੰਨ ਹੈ ਇਹਦੇ ਵਿੱਚ ਫਲਸੋ ਜੀ ਅੱਛਾ ਜੀ 864 ਓਤੋ 164 864 ਤੇ ਜੀ ਰਿਸਰਚਮੈਂਟੋ ਡਾਇਰੈਕਟੋ ਰਿਸਰਚਮੈਂਟੋ ਕੀ ਹੋ ਗਿਆ ਪੈਸੇ ਭਰਨਾ ਡਾਇਰੈਕਟੋ ਡਾਇਰੈਕਟ ਦੇਸ ਨਿਸਤਰੀ ਸਤਰਾਦਾਲੇ ਸਤਰਾਦਾਲੀ ਐਕਸੀਡੈਂਟ ਮਤਲਬ ਜਦੋਂ ਤੁਸੀਂ ਐਕਸੀਡੈਂਟ ਕਰਦੇ ਹੋ ਅਸੀਂ ਇੰਸ਼ੋਰੈਂਸ ਨਹੀਂ ਪਰਦੇ ਫਾਰ ਇਗਜ਼ੈਂਪਲ ਅਗਲੇ ਨਾਲ ਸਾਡੀ ਮੁਕਮਕਾ ਹੋ ਜਾਂਦੀ ਹੈ ਇੰਸ਼ੋਰੈਂਸ ਨਹੀਂ ਅਸੀਂ ਪਰਦੇ ਉਹਨੂੰ ਅਸੀਂ ਡਾਇਰੈਕਟ ਪੈਸੇ ਦੇ ਦੇਨੇ ਆ ਮਤਲਬ ਇੰਸ਼ੋਰੈਂਸ ਵਿੱਚ ਇਨਵੋਲ ਨਹੀਂ ਹੁੰਦੀ ਅਸੀਂ ਆਪਸ ਵਿੱਚ ਮੁਕਮਕਾ ਕਰ ਲੈਨੇ ਆ ਇਹਨੂੰ ਆਖਦੇ ਨੇ ਰਿਸਰਚਮੈਂਟ ਤੋਂ ਡਾਇਰੈਕਟ ਡ੍ਰੈਗ ਪੈਸੇ ਪਰਣਾ ਠੀਕ ਹੈ ਜੀ ਇਹ ਜਦੋਂ ਦੋ ਗੱਡੀਆਂ ਆਪਸ ਵਿੱਚ ਟਕਰਾਨ ਉਦੋਂ ਤੁਸੀਂ ਡਾਇਰੈਕਟ ਕੰਮ ਇਹ ਕਰ ਸਕਦੇ ਹੋ ਚਾਹੇ ਉਹ ਗੱਡੀ ਮੋਟਰਸਾਈਕਲ ਟਕਰਾ ਗਿਆ ਜਾਂ ਗੱਡੀ ਗੱਡੀ ਟਕਰਾ ਗਈ ਜਾਂ ਮੋਟਰਸਾਈਕਲ ਮੋਟਰਸਾਈਕਲ ਟਕਰਾ ਗਏ ਨੇ ਦੋ ਹਣ ਤੇ ਫਿਰ ਕਰ ਸਕਦੇ ਅਗਰ ਤਿੰਨ ਹੋ ਗਈਆਂ ਨੇ ਤਿੰਨ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਜਿਸ ਤਰ੍ਹਾਂ ਇੱਕ ਖਲੋਤੀ ਇਹ ਪਿੱਛੋਂ ਇੱਕ ਟੱਕਰ ਵੱਜੀ ਦੂਸਰੀ ਵੱਜੀ ਤੀਸਰੀ ਚੌਥੀ ਇਸ ਤਰ੍ਹਾਂ ਕਰਕੇ ਫਿਰ ਡਾਇਰੈਕਟ ਨਹੀਂ ਹੋ ਸਕਦਾ ਸਿਰਫ ਦੂੰਗਾ ਹੋ ਸਕਦਾ ਇਲ ਰਿਸਰਚੀਮੈਂਟੋ ਡਾਇਰੈਟੋ ਕਹਿੰਦਾ ਇਹ ਡਾਇਰੈਕਟ ਪੈਸੇ ਪਰ ਨਹੀਂ ਹੁੰਦੇ ਨੇ ਨੁਕਸਾਨ ਦੇ ਨਹੀਂ ਸਨੀਸਤਰੀ ਇਸ ਤਰ੍ਹਾਂ ਦਾਲੀ ਐਕਸੀਡੈਂਟ ਦੇ ਵਿੱਚ ਸੀ ਅਪਲੀਕਾ ਕਹਿੰਦਾ ਇਹ ਅਪਲਾਈ ਹੁੰਦਾ ਹੈ ਸੇ ਵੀ ਸੋਨੋਦਾਨੀ ਅਲ ਵੈਕਲੋ ਅਗਰ ਗੱਡੀ ਨੂੰ ਨੁਕਸਾਨ ਹੋਇਆ ਹੈ ਐ ਲੈਸੀਓਨੀ ਦੀ ਲੇਵੈਂਟੀਤਾ ਤੇ ਅਗਰ ਥੋੜੀ ਝੋਟ ਲੱਗੀ ਹੈ ਅਲ ਕੁੰਦੂ ਚੈਂਤ ਤੇ ਡਰਾਈਵਰ ਨੂੰ ਤੇ ਫਿਰ ਕਹਿੰਦਾ ਇਹ ਡਾਇਰੈਕਟ ਪੈਸੇ ਵਾਲਾ ਇਹ ਮਾਮਲਾ ਵੇ ਇਹ ਅਪਲਾਈ ਹੋ ਜਾਂਦਾ ਵੇਰੋ ਜੀ ਲੈਸੀਓਨੀ ਝੋਟ ਲੇਵੇ ਐਂਟੀਤਾ ਥੋੜਾ ਥੋੜੀ ਕਹ ਲੋ ਥੋੜੀ ਝੋਟ ਦੂਸਰਾ ਲਪ ਪ੍ਰੋਸੀਜੂਰਾ ਕਹਿੰਦਾ ਜਿਹੜਾ ਤਰੀਕਾ ਵੇ ਦੀ ਰਿਸਰਚਮੈਂਟੋ ਡਾਇਰੈਕਟ ਪੈਸੇ ਪਰਨੇ ਦਾ ਨੌਨ ਏ ਐਪਲੀਕੇਬਲ ਹੈ ਕਹਿੰਦਾ ਇਹ ਅਪਲਾਈ ਨਹੀਂ ਹੁੰਦਾ ਸੇ ਵੀ ਸੋਨੋ ਪਿਉ ਦੀ ਦੂਏ ਵਹੀਕਲੀ ਅਗਰ ਕਹਿੰਦਾ ਦੋ ਤੋਂ ਜ਼ਿਆਦਾ ਗੱਡੀਆਂ ਕੋ-ਇਨਵੋਲਤੀ ਵਿੱਚ ਸ਼ਾਮਲ ਨੇ ਤੇ ਫਿਰ ਕਹਿੰਦਾ ਡਾਇਰੈਕਟ ਪੈਸੇ ਪਰਨੇ ਵਾਲਾ ਤਰੀਕਾ ਜਿਹੜਾ ਹੈ ਇਹ ਐਪਲੀਕੇਬਲ ਨਹੀਂ ਇਹ ਅਪਲਾਈ ਨਹੀਂ ਹੋਣ ਲਗਾ ਮਤਲਬ ਸੌਖੇ ਲਫ਼ਜ਼ਾਂ ਚ ਅਗਰ ਦੋ ਤੋਂ ਜ਼ਿਆਦਾ ਗੱਡੀਆਂ ਟਕਰਾ ਗਈਆਂ ਨੇ ਤੁਸੀਂ ਡਾਇਰੈਕਟ ਪੈਸਿਆਂ ਦਾ ਲੈਣ ਦੇਣ ਇਸਤੇਮਾਲ ਜਿਹੜਾ ਹੈ ਉਹ ਨਹੀਂ ਕਰ ਸਕਦੇ ਫਿਰ ਵਿੱਚ ਇੰਸ਼ੋਰੈਂਸ ਨੂੰ ਤੁਹਾਨੂੰ ਲਿਉਣਾ ਪੈਣਾ ਹੈ। ਤੀਸਰਾ ਇਲ ਰਿਸਰਚੀਮੈਂਟੋ ਡਾਇਰੈਕਟ ਡ੍ਰੈਗਟ ਪੈਸੇ ਪਰਨੇ ਹੁੰਦੇ ਨੇ ਇਹ ਐਸਕਲੂਜ਼ੋ ਕਹਿੰਦਾ ਖਤਮ ਹੋ ਜਾਏਗਾ ਡਾਇਰੈਕਟ ਪੈਸੇ ਪਰਨੇ ਜਿਹੜਾ ਤਰੀਕਾ ਕਰਨੇ ਖਤਮ ਹੋ ਜਾਦਾ ਐਸਕਲੂਜ਼ ਹੋ ਜਾਏਗਾ ਸੇ ਨਿਲ ਸਨੀਸਟਰੋ ਅਗਰ ਐਕਸੀਡੈਂਟ ਦੇ ਵਿੱਚ ਇਹ ਕੋਇਨਵੋਲਤੋ ਉਨ ਮੋਟੋ ਚੀਕਲੋ ਕਹਿੰਦਾ ਅਗਰ ਵਿੱਚ ਮੋਟਰਸਾਈਕਲ ਸ਼ਾਮਲ ਹੋ ਗਿਆ ਤੇ ਫਿਰ ਡਾਇਰੈਕਟ ਪੈਸੇ ਭਰਨ ਵਾਲਾ ਸਾਖਤਮ ਐਸਕਲੂਜ਼ ਹੋ ਗਿਆ ਖਤਮ ਹੋ ਗਿਆ ਮਤਲਬ ਫਿਰ ਤੁਸੀਂ ਡਾਇਰੈਕਟ ਪੈਸੇ ਨਹੀਂ ਭਰ ਸਕਦੇ ਫਾਇਲ ਸੋ ਜੀ ਇਹ ਨਹੀਂ ਵੇਖਣਾ ਕਿ ਬਈ ਮੋਟਰਸਾਈਕਲ ਵਿੱਚ ਆ ਗਿਆ ਜਾਂ ਸਾਈਕਲ ਆ ਗਿਆ ਵੇਖਣਾ ਕਿੰਨੀਆਂ ਗੱਡੀਆਂ ਟਕਰਾਈਆਂ ਨੇ ਦੋ ਨੇ ਠੀਕ ਹੈ ਓਕੇ ਡਾਇਰੈਕਟ ਪੈਸੇ ਦੇ ਸਕਦੇ ਹੋ ਭਰ ਸਕਦੇ ਹੋ ਪੈਸੇ ਮੋਟਰਸਾਈਕਲ ਲਈ ਕੋਈ ਸ਼ਰਤ ਨਹੀਂ ਚੌਥਾ ਇਨ ਕਾਜ਼ੋ ਦੀ ਸਨੀਸਟਰੋ ਕਹਿੰਦਾ ਐਕਸ ਅੱਛਾ ਸਨੀਸਟਰੋ ਫਿਰ बार-बार ਆਹਨਾ ਕਿ ਐਕਸੀਡੈਂਟ ਇੱਥੇ ਇਸ ਚੈਪਟਰ ਦੇ ਮਤਲਬ ਸਨੀਸਟਰੋ ਦਾ ਐਕਸੀਡੈਂਟ ਹੈ। ਇਨ ਕਾਜ਼ੋ ਦੀ ਸਨੀਸਟਰੋ ਐਕਸੀਡੈਂਟ ਦੀ ਸੂਰਤ ਵਿੱਚ ਕੌਣ ਦਾਨੀਅਲ ਵਹੀਕਲੋ ਤੇ ਜਿੱਥੇ ਗੱਡੀ ਨੂੰ ਨੁਕਸਾਨ ਹੋ ਗਿਆ ਲਾਰਿਕੇਸਤਾ ਦੀ ਰਿਸਰਚਮੈਂਟੋ ਡਾਇਰੈਕਟ ਕਹਿੰਦਾ ਡਾਇਰੈਕਟ ਪੈਸੇ ਭਰਨੇ ਵਾਲਾ ਰਿਕੈਸਟ ਹੈ ਜਿਹੜੀ ਤੁਸਾਂ ਐਪਲੀਕੇਸ਼ਨ ਕਰਨੀ ਹੈ ਦੇਵੇ ਇਸਰੇ ਆਬਲੀਗਾਟੋਰੀAMENTE ਕਹਿੰਦਾ ਲਾਜ਼ਮੀ ਕੋਰੇ ਡਾਟਾ ਦੀ ਫੋਟੋਗ੍ਰਾਫੀ ਨਾਲ ਕਹਿੰਦਾ ਲਾਜ਼ਮੀ ਫੋਟੋ ਵੀ ਹੋਣੀਆਂ ਚਾਹੀਦੀਆਂ ਨੇ ਮਤਲਬ ਜਿਹੜੇ ਡਾਇਰੈਕਟ ਤੁਸੀਂ ਪੈਸੇ ਭਰਦੇ ਹੋ ਨਾ ਉਹਦੀਆਂ ਨਾਲ ਫੋਟੋ ਵੀ ਬਣਾਉਣੀਆਂ ਜ਼ਰੂਰੀ ਨੇ ਫਾਲਸ ਹੋ ਜੀ ਆਬਲੀਕਾਟੋਰੀਮੈਂਟੇ ਕੋਈ ਨਹੀਂ ਇਹ ਚੀਜ਼ ਲਾਜ਼ਮੀ ਕੋਈ ਨਹੀਂ ਹਾਂ ਉਹੀ ਤੁਸੀਂ ਬਣਾਉਣੀਆਂ ਚਾਹਦੇ ਹੋ ਕੋਈ ਸਬੂਤ ਦੇ ਤੌਰ ਤੇ ਰੱਖਣਾ ਚਾਹਦੇ ਹੋ ਤਾਂ ਰੱਖ ਸਕਦੇ ਹੋ ਕੋਲ ਲੇਕਿਨ ਆਬਲੀਕਾਟੋਰੀਮੈਂਟ ਤੋ ਕੋਈ ਨਹੀਂ ਉਹ ਨਾ ਕੀਤੇ ਆ ਅੱਛਾ ਜੀ ਇੱਥੇ ਲਫ਼ਜ਼ ਆਇਆ ਹੈ ਆਬਲੀਕਾਟੋਰੀਮੈਂਟੇ ਸੈਂਪਰੇ ਫਾਲਸੋ ਇਤੇ ਜ਼ੀਰੋ ਵੇਰੋ ਹੈ ਠੀਕ ਹੈ ਕੋਰੇ ਡਾਟਾ ਦੀ ਫੋਟੋਗ੍ਰਾਫੀ ਫੋਟੋਗ੍ਰਾਫੀ ਹੈ ਮਤਲਬ ਨਾਲ ਫੋਟੋਆਂ ਵੀ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਲੋ ਜੀ ਅੱਜ ਲਈ ਕਾਫੀ ਹੈ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ ਅੱਲਾਹ ਹਫਜ਼ ਜੀ ਸਸਤੇ ਕਾ